ਦੋਸਤੋ ਪੰਜਾਬੀ ਸਿੰਗਰ ਸਿੱਪੀ ਗਿੱਲ ਨੇ ਆਪਣੇ ਸਹਾਰਨ ਮਾਜਰਾ ਵਾਲੇ ਲਾਈਵ ਸ਼ੋਅ ਵਿੱਚ ਸਿੱਧੂ ਮੂਸੇਵਾਲੇ ਨੂੰ ਤਿੰਨ ਵੱਡੇ ਰਿਪਲਾਈ ਕੀਤੇ ਹਨ। ਜੀ ਹਾਂ, ਸਿੱਧੂ ਮੂਸੇਵਾਲੇ ਦੀ ਕਿਹੜੀ ਗੱਲ ਦਾ ਸਿੱਪੀ ਗਿੱਲ ਨੇ ਕਿਵੇਂ ਰਿਪਲਾਈ ਕੀਤਾ, ਜਾਣਨ ਲਈ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤੇ ਚਲੋ ਦੋਸਤੋ, ਬਿਨਾਂ ਟਾਈਮ ਵੇਸਟ ਕੀਤੇ ਵੱਧਦੇ ਹਾਂ ਸਿੱਪੀ ਗਿੱਲ ਦੇ ਪਹਿਲੇ ਰਿਪਲਾਈ ਵੱਲ। ਹਲੇ ਡੰਡਾ ਫਿਰਿਆ ਨੀ, ਜਦੋਂ ਫਿਰ ਗਿਆ ਨਾ, ਜਿਹੜਾ ਗਾਣਿਆਂ 'ਚ ਮਾਮੇ ਮਾਮੇ ਕਰਦਾ ਵਹਿੰਦਾ ਹੀ ਹਟ ਜਾਏਗਾ। ਜਦੋਂ ਕੋਈ ਸਿਆਪਾ ਪੈਂਦਾ ਨਾ, ਭੱਜਦਾ ਉਹਨਾਂ ਵੱਲੋਂ ਹੈ ਬਈ ਛਡਾਓ, ਹੁਣ ਅਜੇ ਹੱਥ ਨਹੀਂ ਫਿਰਿਆ ਉਹਨਾਂ ਦਾ। ਦੋਸਤੋ, ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦਾ ਓਲਡ ਸਕੂਲ ਤੇ ਧੱਕਾ ਗਾਣਾ ਸੁਣਿਆ ਹੈ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਿੱਧੂ ਮੂਸੇਵਾਲੇ ਨੇ ਧੱਕਾ ਗਾਣੇ ਵਿੱਚ ਲਿਖਿਆ ਸੀ ਕਿ ਮਾਮਿਆਂ ਦੀ ਡਾਰ ਤੇਰੇ ਮੂਹਰੇ ਹੁੰਦੀ ਆ, ਤੇ ਓਲਡ ਸਕੂਲ ਵਿੱਚ ਲਿਖਿਆ ਸੀ ਵੱਡੇ ਤਾੜੇ ਜਾਮਿਆਂ ਨੀ ਅੱਗੇ ਪਿੱਛੇ ਮਾਮਿਆਂ ਨੀ। ਤੇ ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਕਿ ਪੰਜਾਬ ਪੁਲਿਸ ਨੂੰ ਕਈ ਲੋਕ ਮਾਮਾ ਸ਼ਬਦ ਨਾਲ ਸੰਬੋਧਿਤ ਕਰਦੇ ਹਨ, ਤੇ ਜਿਸ ਦਾ ਰਿਪਲਾਈ ਸਿੱਪੀ ਗਿੱਲ ਨੇ ਸਿੱਧੂ ਮੂਸੇਵਾਲੇ ਨੂੰ ਕੀਤਾ ਹੈ। ਤੇ ਚਲੋ ਦੋਸਤੋ, ਵੱਧਦਿਆਂ ਸਿੱਪੀ ਗਿੱਲ ਵੱਲੋਂ ਕੀਤੇ ਸਿੱਧੂ ਮੂਸੇਵਾਲੇ ਨੂੰ ਦੂਜੇ ਰਿਪਲਾਈ ਵੱਲ। ਸਲਿਊਟ ਆ ਵੀਰੇ, ਤੂੰ ਤਾਂ ਵੀ ਥਾਪੀ ਮਾਰ ਤੇ ਵੀ ਬਾਰ ਨਹੀਂ ਬਣਦੀ ਆ, ਸਟੇਜ ਤੇ ਆ ਮੇਰਾ ਵੀ ਲੈ ਕੇ ਆਓ ਬਾਈ ਨੂੰ, ਦਾਰੂ ਪੀ ਕੇ ਥਾਪੀਆਂ ਮਾਰੀਆਂ ਦਾ ਸਵਾਹ ਮਾਰੀਆਂ, ਤੁਹਾਡਾ ਆਪਦਾ ਜੀ ਕਰੂਗਾ ਤਾਲੀ ਮਾਰ ਨੂੰ, ਲਿਖ ਕੇ ਗਰੰਟੀ ਦਿੰਦਾ। ਆ ਜਾ ਮੇਰਾ ਵੀਰ, ਮਾਰ ਵੀਰੇ ਥਾਪੀ ਠੋਕ ਕੇ। ਦਾਰੂ ਪੀ ਕੇ ਸ਼ਾਮ ਨੂੰ ਥਾਪੀਆਂ ਮਾਰੀਆਂ, ਬਿਸ਼ਰਮਾ ਜੀ ਕਹਿੰਦੇ ਦਾਲ ਡੁੱਲ ਗਈ ਤੇ ਭੁੱਜੇ ਬੁਰਕੀਆਂ ਲਾ ਕੇ ਖਾਣ ਲੱਗ ਗਏ, ਕਹਿੰਦੇ ਕਿਹੜਾ ਖਰਾਬ ਹੋਈ ਆ, ਕੁਛ ਨੀ ਹੁੰਦਾ। ਦੋਸਤੋ, ਸਿੱਧੂ ਮੂਸੇਵਾਲਾ ਆਪਣੇ ਲਗਭਗ ਹਰੇਕ ਲਾਈਵ ਸ਼ੋਅ ਵਿੱਚ ਥਾਪੀ ਮਾਰਦਾ ਨਜ਼ਰ ਆਉਂਦਾ ਹੈ, ਤੇ ਪਹਿਲਾਂ ਵੀ ਸਿੱਪੀ ਗਿੱਲ ਨੇ ਕਈ ਵਾਰ ਸਿੱਧੂ ਮੂਸੇਵਾਲੇ ਵੱਲੋਂ ਮਾਰੀ ਥਾਪੀ ਦੀ ਨਿੰਦਿਆ ਕੀਤੀ ਸੀ, ਤੇ ਹੁਣ ਇੱਕ ਵਾਰ ਫਿਰ ਸਿੱਪੀ ਗਿੱਲ ਨੇ ਸਿੱਧੂ ਮੂਸੇਵਾਲੇ ਦੀ ਥਾਪੀ ਦਾ ਰਿਪਲਾਈ ਇਨਡਾਇਰੈਕਟ ਵੇ ਨਾਲ ਕੀਤਾ ਹੈ। ਇਸ ਤੋਂ ਬਾਅਦ ਸਿੱਪੀ ਗਿੱਲ ਨੇ ਤੀਜਾ ਤੇ ਵੱਡਾ ਰਿਪਲਾਈ ਸਿੱਧੂ ਮੂਸੇਵਾਲੇ ਨੂੰ ਕੀਤਾ ਹੈ, ਤੇ ਇਸ ਰਿਪਲਾਈ ਵਿੱਚ ਸਿੱਪੀ ਗਿੱਲ ਨੇ ਆਪਣੇ ਨਵੇਂ ਆਉਣ ਵਾਲੇ ਗਾਣੇ ਰਾਹੀਂ ਸਿੱਧੂ ਮੂਸੇਵਾਲੇ ਨੂੰ ਠੋਕਵਾਂ ਜਵਾਬ ਦਿੱਤਾ ਹੈ। ਤੇ ਚਲੋ ਦੋਸਤੋ, ਵੱਧਦੇ ਹਾਂ ਸਿੱਪੀ ਗਿੱਲ ਦੇ ਤੀਜੇ ਵੱਡੇ ਰਿਪਲਾਈ ਵੱਲ। ਪੰਗਾ ਲੈਣਾ ਸੌਖਾ, ਪਿੱਛੋਂ ਭੈੜੀ ਹੁੰਦੀ ਆ, ਫਨੀਅਰ ਸੱਪ ਦੀ ਫੂਕ ਪਤੰਦਰਾ ਬਾਲੀ ਜਹਿਰੀ ਹੁੰਦੀ ਆ, ਕਹਿੰਦਾ ਆਹ ਕੜਕੀ ਹੁਣ ਨੀ ਖੁੱਲਣੀ, ਤੂੰ ਕਿੱਥੇ ਬਾਹ ਵਸਾ ਲਈ ਓਏ, ਉਹ ਗਲਤ ਟਾਈਮ ਤੇ ਗਲਤ ਬੰਦੇ ਨਾਲ ਗਲਤ ਕਰਾਰੀ ਉਡਾ ਲਈ ਓਏ। ਅੱਗੇ ਕਹਿੰਦਾ ਕਹਿੰਦਾ ਸੜਕ ਕਿਨਾਰੇ ਭੰਗ ਦਾ ਬੂਟਾ, ਸੜਕ ਕਿਨਾਰੇ ਭੰਗ ਦਾ ਬੂਟਾ, ਡਰ ਵਿੱਚ ਬੰਦਾ ਹੀ ਲੱਗੇਗਾ, ਉਹ ਸਿੱਖਾਂ ਵਾਲੀ ਡੱਬੀ ਜਿੰਨੀ ਥਾਂ ਤੋਂ ਲੁਕਣ ਨੂੰ ਲੱਭੇਗਾ, ਕਹਿੰਦਾ ਸ਼ੀਸ਼ਾ ਵੇਖੇਗਾ ਕਾਲ ਦਿਸੂਗਾ, ਕਿਉਂ ਸਿਰ ਤੇ ਮੌਤ ਬਿਠਾ ਲਈ ਓਏ, ਆ ਗਲਤ ਬੰਦੇ ਨਾਲ ਗਲਤ ਟਾਈਮ ਤੇ ਗਲਤ ਕਰਾਰੀ ਪਾ ਲਈ ਓਏ। ਕਹਿੰਦਾ ਬਾਂਦਰ ਉਂਗਲਾਂ ਲਾ ਲਾ ਟੱਪਦੇ, ਬਾਂਦਰ ਉਂਗਲਾਂ ਲਾ ਲਾ ਟੱਪਦੇ, ਪਤਾ ਲੱਗੂ ਜਦੋਂ ਟਿੱਕੀ ਪੱਟਦੀ, ਇਟਲੀ ਵਾਲੇ ਡਵੈਂਚੀ ਵਰਗੀ ਸੋਚ ਆ ਰੌਲੀ ਵਾਲੇ ਜੱਟ ਦੀ, ਓਏ ਹੁਣ ਵਾਰੀ ਆ ਝੋਟੇ ਜੱਟ ਦੀ, ਤੁਸੀਂ ਤਾਂ ਪੂਛ ਪੜਾ ਲਈ ਓਏ, ਗਲਤ ਬੰਦੇ ਨਾਲ ਗਲਤ ਸਮੇਂ ਤੇ ਗਲਤ ਕਰਾਰੀ ਉਡਾ ਲਈ ਓਏ। ਮਤਲਬ ਦੋਸਤੋ, ਸਿੱਪੀ ਗਿੱਲ ਨੇ ਇਹ ਤਿੰਨ ਵੱਡੇ ਰਿਪਲਾਈ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕਰਦੇ ਹੋਏ ਕਹੇ ਹਨ, ਤੇ ਤੁਹਾਡੀ ਇਸ ਮੁੱਦੇ ਤੇ ਕੀ ਰਾਏ ਹੈ, ਤੇ ਤੁਸੀਂ ਕਿਹੜੇ ਸਿੰਗਰ ਦੇ ਫੈਨ ਹੋ, ਸਿੱਧੂ ਮੂਸੇਵਾਲਾ ਜਾਂ ਸਿੱਪੀ ਗਿੱਲ, ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ, ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।